ਜੋੜਾਂ ਦੇ ਦਰਦ ਨੂੰ ਲੈ ਕੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਵੇਖਦਿਆਂ ਹੀ ਅੱਜ ਰੋਟਰੀ ਕਲੱਬ ਨਾਭਾ ਵੱਲੋਂ ਗੋਡੇ ਅਤੇ ਚੁੱਲ੍ਹੇ ਦਰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਸੈਂਕੜਾ ਲੋਕਾਂ ਵੱਲੋਂ ਅੱਜ ਆਪਣਾ ਜੋੜਾਂ ਦੇ ਦਰਦਾਂ ਦਾ ਚੈੱਕਅਪ ਕਰਵਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਦੇ ਫ੍ਰੀ ਟੈਸਟ ਅਤੇ ਐਕਸਰੇ ਕੀਤੇ ਗਏ। ਇਸ ਸੰਬੰਧੀ ਜੋੜਾਂ ਦੇ ਦਰਦਾਂ ਦੇ ਮਾਹਿਰ ਡਾਕਟਰ ਨੇ ਕਿਹਾ ਕਿ ਅੱਜ ਦੇ ਕੈਂਪ ਵਿੱਚ ਕਾਫੀ ਮਰੀਜ਼ਾਂ ਵੱਲੋਂ ਆਪਣਾ ਚੈੱਕਅਪ ਕਰਵਾਇਆ ਗਿਆ ਹੈ। ਇਸ ਮੌਕੇ ਤੇ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸੈਂਟੀ ਨੇ ਕਿਹਾ ਕਿ ਰੋਟਰੀ ਕਲੱਬ ਨਾਭਾ ਵੱਲੋਂ ਕੋਈ ਨਾ ਕੋਈ ਫ੍ਰੀ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦਾ ਸਮੇਂ ਸਮੇਂ ਤੇ ਲੋਕ ਲਾਭ ਉਠਾਉਂਦੇ ਹਨ। ਕੈਂਪ ਲਗਾ ਰਹੇ ਹਾਂ ਅਸੀਂ ਗੋਡਿਆਂ ਦੇ ਦਰਦ ਲਈ, ਚੂਲੇ ਦੇ ਦਰਦ ਲਈ, ਅਤੇ 125 ਪੇਸ਼ੈਂਟ ਤਾਂ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਅਤੇ ਹਜੇ ਵੀ ਬਾਹਰ ਕਾਫੀ ਪੇਸ਼ੈਂਟ ਨੇ। ਪ੍ਰੋਬਲਮ ਹੈ, ਕਾਫੀ ਹੈ। ਜ਼ਿਆਦਾ ਚੀਜ਼ ਕੀ ਹੈਗੀ ਕਿ ਅਸੀਂ ਕਿਸ ਲੈਵਲ ਦੀ ਪ੍ਰੋਬਲਮ ਹੈ ਉਹਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈ, ਕਿਹੜੀਆਂ ਤਕਲੀਫਾਂ ਐਕਸਰਸਾਈਜ਼ ਨਾਲ ਠੀਕ ਹੋਣੀਆਂ, ਕਿੱਥੇ ਸਰਜਰੀ ਦੀ ਹੀ ਲੋੜ ਹੈ ਵੀ ਉਹ ਐਕਸਰਸਾਈਜ਼ ਨਾਲ ਨਹੀਂ ਠੀਕ ਹੋ ਰਹੇ। ਸੋ ਉਹ ਪੂਰੇ ਸਪੈਕਟਰਮ ਦੇ ਪੇਸ਼ੈਂਟ ਆ ਰਹੇ, ਹਰ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ। ਜਿਨ੍ਹਾਂ ਨੂੰ ਸਰਜਰੀ ਦੀ ਲੋੜ ਆ ਉਹਨਾਂ ਨੂੰ ਅਸੀਂ ਐਡਵਾਈਸ ਕਰ ਰਹੇ ਹਾਂ ਕਿ ਸਰਜਰੀ ਕਰਾਓ, ਕਿਉਂਕਿ ਜਿੱਥੇ ਵਾਕਈ ਹੀ ਤਕਲੀਫ ਇੰਨੀ ਜ਼ਿਆਦਾ ਕਿ ਬਿਨਾਂ ਸਰਜਰੀ ਦੇ ਠੀਕ ਨਹੀਂ ਹੁੰਦੀ, ਉੱਥੇ ਦਵਾਈਆਂ ਖਾ ਕੇ ਆਪਾਂ ਅਨਸੈਸਰੀ ਕੰਪਲੀਕੇਸ਼ਨ ਹੀ ਲੈਂਦੇ ਦਵਾਈਆਂ ਦੀਆਂ, ਇਹ ਤੋਂ ਵੱਧ ਫਾਇਦਾ ਨਹੀਂ ਹੁੰਦਾ। ਨਾ ਸਾਲ ਦੀ ਤਰ੍ਹਾਂ ਇੱਕ ਔਰਥੋ ਦਾ ਕੈਂਪ ਲਗਾਇਆ ਗਿਆ। ਡਾਕਟਰ ਪੰਧੇਰ ਇੱਥੇ ਸਪੈਸ਼ਲ ਜਲੰਧਰ ਤੋਂ ਆਏ ਨੇਗੇ, ਜੋ ਕਿ ਨਾਭੇ ਨੂੰ ਵੀ ਬਿਲੋਂਗ ਕਰਦੇ ਨੇ। 160-170 ਦੇ ਕਰੀਬ ਮਰੀਜ਼ ਜਿਹੜੇ ਹੈਗੇ ਨੇ ਉਹ ਇਸ ਦਾ ਲਾਭ ਲੈ ਰਹੇ ਨੇ, ਜਿਨ੍ਹਾਂ ਨੂੰ ਇੱਥੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ, ਨਾਲ ਹੀ ਕੋਈ BMD ਟੈਸਟ ਹੈ ਉਹ ਵੀ ਮੁਫਤ ਕੀਤਾ ਜਾ ਰਿਹਾ, ਅਤੇ ਡਾਕਟਰ ਸਾਹਿਬ ਜੀ ਜਿੱਥੇ ਕੋਈ ਓਪਰੇਸ਼ਨ ਦੀ ਲੋੜ ਹੈ ਤਾਂ ਉਹਨਾਂ ਨੂੰ ਐਡਵਾਈਸ ਕਰ ਰਹੇ ਕਿ ਓਪਰੇਸ਼ਨ ਬਾਹਰ ਕਰਾ ਕੇ ਜਾਣ। ਅਤੇ ਅਸੀਂ ਸਾਰੇ ਰੋਟਰੀ ਕਲੱਬ ਦੇ, ਸਾਡੇ ਜੀਵਨ ਬਾਂਸਲ ਜੀ ਅੱਜ ਦੇ ਪ੍ਰੋਜੈਕਟ ਦੇ ਚੇਅਰਮੈਨ ਨੇ। ਡਾਕਟਰ ਇੰਟਰਨੈਸ਼ਨਲ ਕਲੱਬ ਹੈ, ਲੋਕਾਂ ਦੀ ਸੇਵਾ ਵਾਸਤੇ ਹਰ ਟਾਈਮ 24 ਘੰਟੇ ਹਾਜ਼ਰ ਹੈ, ਜਿਸ ਦੇ ਤਹਿਤ ਇਹ ਅੱਜ ਜਿਸ ਤਰ੍ਹਾਂ ਕਿ ਅੱਖਾਂ ਦੇ ਕੈਂਪ ਲਾਏ ਜਾਂਦੇ, ਉਸ ਦੇ ਤਹਿਤ ਅੱਜ ਇਹ ਇੱਕ ਸਾਡਾ ਹੱਡੀਆਂ ਦਾ, ਚੁੱਲ੍ਹਿਆਂ ਦਾ, ਜੋ ਕਿ ਅੱਜ ਬੜੀ ਵੱਡੀ ਪ੍ਰੋਬਲਮ ਹੋ ਰਹੀ ਹੈ, ਜਿਸ ਤਰ੍ਹਾਂ ਕਿ ਹਾਰਟ ਦੀ ਪ੍ਰੋਬਲਮ ਚੱਲ ਰਹੀ ਹੈ, ਉਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਨੂੰ ਦੂਰ ਕਰਨ ਵਾਸਤੇ ਇਹ ਕੈਂਪ ਲਗਾਇਆ ਗਿਆ। ਹਮੇਸ਼ਾ ਦੀ ਤਰ੍ਹਾਂ ਹੀ ਆਰਥੋ ਦਾ ਕੈਂਪ ਲਾਇਆ, ਲਾਸਟ ਈਅਰ ਵੀ ਇਹੀ ਕੈਂਪ ਲਾਇਆ ਸੀ। ਇਹ ਸਾਡਾ ਰੈਗੂਲਰ ਪ੍ਰੋਜੈਕਟ ਹੈ ਫਰਵਰੀ ਦੇ ਮਹੀਨੇ 'ਚ, ਜਿਹੜੇ ਪੇਸ਼ੈਂਟ ਸਾਡੇ ਨਾਲ ਜੁੜੇ ਹੋਏ ਆ ਉਹ ਫਰਵਰੀ ਸਾਨੂੰ ਪਹਿਲਾਂ ਹੀ ਪੁੱਛਦੇ ਆ ਵੀ ਆਰਥੋ ਦਾ ਕੈਂਪ ਕਦ ਲੱਗੂਗਾ। ਡਾਕਟਰ ਸਾਹਿਬ ਜਿਹੜੇ ਨਾਭੇ ਨੂੰ ਭਦੇਰ ਸਾਹਿਬ ਬਿਲੋਂਗ ਕਰਦੇ ਆ, ਸਾਡੇ ਇੱਕ ਸੱਦੇ 'ਤੇ ਆ ਕੇ ਕੈਂਪ ਲਾਉਂਦੇ ਆ। ਅੱਜ ਦਾ ਜਿਹੜਾ ਕੈਂਪ ਹੈ, ਸਭ ਤੋਂ ਵੱਧ ਮੈਂ ਪ੍ਰਧਾਨ ਜੀ ਨੂੰ, ਚੇਅਰਮੈਨ ਸਾਹਿਬ ਨੂੰ ਅਤੇ ਕੋ ਚੇਅਰਮੈਨ ਨੂੰ ਮੁਬਾਰਕਬਾਦ ਦਿੰਦਾ। ਸਰ ਡਾਕਟਰ ਭਦੇਰ ਸਾਹਿਬ ਸਾਡੇ ਨਾਭੇ ਦੀ ਜੰਮਪਲ ਨੇ, ਇਹ ਹਰ ਸਾਲ ਸਾਡੇ ਇਸ ਕਲੱਬ 'ਚ ਕੈਂਪ ਲਾਉਂਦੇ ਨੇ। ਆਹ ਕੈਂਪ ਵੀ ਜਿਹੜਾ ਹੈ ਲੋਕਾਂ ਦੀ ਡਿਮਾਂਡ 'ਤੇ, ਬੜੀ ਡਿਮਾਂਡ ਸੀ ਮਰੀਜ਼ਾਂ ਦੀ ਵੀ ਇੱਥੇ ਨਾਭੇ ਕੈਂਪ ਲਾਇਆ ਜਾਵੇ। ਡਾਕਟਰ ਸਾਹਿਬ ਦਾ ਜਿਹੜਾ ਅੱਜ ਹੈ ਕੈਂਪ, ਤਕਰੀਬਨ 150 ਮਰੀਜ਼ ਦੇਖ ਚੁੱਕੇ, 50-60 ਮਰੀਜ਼ ਹੋਏ। ਰੋਟਰੀ ਕਲੱਬ ਸੋਸ਼ਲ ਕੰਮਾਂ ਦੇ ਵਿੱਚ ਐਕਟਿਵ ਰਹਿੰਦੀ ਹੈ। ਸਾਡੇ ਰੋਟਰੀ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ, ਅੱਖਾਂ ਦਾ ਚੈੱਕਅਪ ਕੈਂਪ, ਅੱਖਾਂ ਦੇ ਓਪਰੇਸ਼ਨ ਦੇ ਕੈਂਪ ਅਤੇ ਹੋਰ ਵੱਖ ਵੱਖ ਬਿਮਾਰੀਆਂ ਦੇ OPD ਦੇ ਕੈਂਪ ਅਸੀਂ ਲਗਾਉਂਦੇ ਰਹਿੰਦੇ ਹਾਂ। ਉਸੇ ਕੜੀ ਦੇ ਵਿੱਚ ਇਹ ਚੂਲੇ ਦੇ ਦਰਦਾਂ ਦਾ, ਗੋਡਿਆਂ ਦੇ ਦਰਦਾਂ ਦਾ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਡਾਕਟਰ ਦਿਲਵੰਸ਼ ਭਦੇਰ ਹਰ ਸਾਲ ਸਾਨੂੰ ਆਪਣੀ ਸੇਵਾਵਾਂ ਦਿੰਦੇ ਨੇ। ਫ੍ਰੀ ਆਫ ਕੋਸਟ ਚੈੱਕਅਪ ਕੈਂਪ ਹੈ ਜੀ, ਇਹਦੇ 'ਚ ਅਸੀਂ ਦਵਾਈਆਂ, BMD ਟੈਸਟ, ਇਹ ਸਾਰਾ ਫ੍ਰੀ ਪ੍ਰੋਵਾਈਡ ਕਰਵਾ ਰਹੇ ਹਾਂ ਵੀ ਤਾਂ ਕਿ ਆਪਣੇ ਇਲਾਕੇ ਦੇ ਜਿੰਨੇ ਵੱਧ ਤੋਂ ਵੱਧ ਆਪਾਂ ਫੈਸਿਲਿਟੀਆਂ ਪ੍ਰੋਵਾਈਡ ਕਰਾ ਸਕੀਏ, ਇਹੀ ਰੋਟਰੀ ਦਾ ਮਿਸ਼ਨ ਹੈ ਜੀ। ਆਵਾਜ਼ ਏ ਕੌਮ TV ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।